ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੁਮ ਗਿਰਵਰ ਤੋ ਹਮ ਮੋਰਾ। ਹੇ ਮਹਾਰਾਜ ਜੀਓ, ਜੇਕਰ ਤੁਸੀਂ ਗਿਰਵਰ ਹਰਿਆਈ ਅਤੇ ਬ੍ਰਿਸ਼ਾਂ ਦੀ ਅਧਿਕਤਾ ਵਾਲੀ ਪਹਾੜ ਰੂਪ ਹੋ ਜਾਵੋ, ਦੇ ਜੇ ਤੁਸੀਂ ਗਿਰਵਰ ਵਾਰ ਸ੍ਰੇਸ਼ਟ ਗਿਰ ਪਹਾੜ ਭਾਵ ਸੁਮੇਰ ਪਰਬਤ ਦੀ ਨਿਆਈ ਬਣ ਜਾਵੋ, ਤਉ ਕਹੀਏ ਤਾਂ ਹਮ ਅਸੀਂ ਤੁਹਾਡੇ 'ਤੇ ਰਹਿਣ ਵਾਲੇ ਆਪਣੇ ਆਪ ਨੂੰ ਮੋਰ ਕਹਾਈਏ। ਜੇ ਤੁਸੀਂ ਗਿਰਵਰ ਸ੍ਰੇਸ਼ਟ ਪ੍ਰੇਮ ਰੂਪੀ ਪਹਾੜ ਹੋਵੋ, ਤਾਂ ਅਸੀਂ ਆਪਣੇ ਮਨ ਨੂੰ ਮੋਰ ਬਣਾ ਕੇ ਤੁਹਾਡੇ ਪ੍ਰੇਮ ਰੂਪੀ ਪਹਾੜ 'ਤੇ ਰਹਿਣਾ ਕਰੀਏ। ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰਾ। ਹੇ ਮਹਾਰਾਜ, ਜੇ ਤੁਸੀਂ ਚੰਦ ਚੰਦਰਮਾ ਰੂਪ ਧਾਰ ਲਵੋ, ਤਉ ਕਹੀਏ ਤਾਂ ਹਮ ਅਸੀਂ ਆਪ ਜੀ ਵਿੱਚ ਚਕੋਰਾ ਚਕੋਰ ਵੱਤ ਲਿਵ ਲਾਉਣ ਵਾਲੇ ਹੋਏ ਹਾਂ। ਭਾਵ ਜਿਵੇਂ ਚੰਦਰਮਾ ਚੜ੍ਹੇ ਤੋਂ ਚਕੋਰ ਚੰਦਰਮਾ ਵੱਲ ਨਿਗਾਹ ਲਾ ਕੇ ਬੈਠ ਜਾਂਦੀ ਹੈ, ਇਉਂ ਚੰਦਰਮਾ ਰੂਪ ਪਰਮੇਸ਼ਰ ਜੀ ਅਸੀਂ ਚਕੋਰ ਦੀ ਨਿਆਈ ਆਪ ਜੀ ਦੇ ਵਿੱਚ ਮਨ ਬੁੱਧੀ ਰੂਪ ਨੇਤਰ ਜੋੜ ਕੇ ਬੈਠੇ ਹੋਏ ਹਾਂ। ਮਾਧਵੇ ਤੁਮਨ ਤੋਰ ਤਉ ਹਮ ਨਹੀਂ ਤੋਰੈ। ਸੋ ਇੱਥੇ ਜੋ ਪਾਠ ਤੁਮਨ ਹੈ, ਉਹ ਸਹੀ ਪਾਠ ਤਾਂ ਤੁਮਨ ਹੀ ਹੈ। ਤੱਤੇ ਨੂੰ ਔਂਕੜ ਮੰਮਾ ਨੰਨਾ, ਤੁਮਨ ਇਕੱਠਾ ਕਰਨਾ ਹੈ, ਪਰ ਬਹੁਤਾ ਸੁਣੀਂਦਾ ਹੈ ਉਹ ਪੜ੍ਹਦੇ ਹਨ ਮਾਧਵੇ ਤੁਮ ਨਾ ਤੋਰੋ ਤਉ ਹਮ ਨਹੀਂ ਤੋਰੈ। ਨਹੀਂ, ਪਾਤਸ਼ਾਹ ਫਰਮਾਉਂਦੇ, ਹੇ ਮਾਧਵੇ ਮਾਇਆ ਦੇ ਤਉ ਪਤੀ ਪਰਮੇਸ਼ਰ, ਜੇ ਤੁਮਨ ਤੁਸੀਂ ਪ੍ਰੇਮ ਤੋਰੋ ਤੋੜ ਵੀ ਦੇਵੋ, ਤਦ ਵੀ ਅਸੀਂ ਤੁਹਾਡੇ ਨਾਲੋਂ ਪ੍ਰੇਮ ਨਹੀਂ ਤੋੜਾਂਗੇ, ਭਾਵ ਨਿਭਾਵਾਂਗੇ। ਮਾਧਵੇ ਤੁਮ ਨਾ ਤੋਰੋ ਤਉ ਹਮ ਨਹੀਂ ਤੋਰੈ। ਸੋ ਦੂਸਰੇ ਪਾਠ ਦੇ ਵੀ ਅਰਥ ਕਰਦੇ ਹਾਂ, ਹੇ ਮਾਇਆ ਦੇ ਪਤੀ ਪਰਮੇਸ਼ਰ, ਤੁਮ ਤੁਸੀਂ ਮਾਇਆ ਦੇ ਮੋਹ ਵਿੱਚ ਪਾ ਕੇ ਸਾਡੀ ਬਿਰਤੀ ਨਾਮ ਨਾਲੋਂ ਨਾ ਤੋੜੋ ਨਾ ਤੋੜੋ ਤਉ ਤਦ ਹਮ ਅਸੀਂ ਨਹੀਂ ਤੋੜਾਂਗੇ। ਭਾਵ ਅਸੀਂ ਤੇਰੇ ਨਾਲੋਂ ਟੁੱਟੀ ਬਿਰਤੀ ਵੱਲ ਪੱਗ ਜੀਵ ਦੁਆਰਾ ਕਿਵੇਂ ਜੋੜ ਲਵਾਂਗੇ, ਕਿਉਂਕਿ ਤੁਮ ਸਿਉਂ ਤੋਰ ਤੁਮ ਸਿਉਂ ਤੋਰ ਕਵਨ ਸਿਉਂ ਜੋ ਰਹਿ ਰਹਾਓ। ਤੁਹਾਡੇ ਨਾਲੋਂ ਪ੍ਰੇਮ ਤੋੜ ਕੇ ਅਸੀਂ ਕਿਸ ਦੇ ਨਾਲ ਜੋੜਨਾ ਹੈ, ਭਾਵ ਹੋਰ ਕਿਸੇ ਨਾਲ ਨਹੀਂ ਜੋੜ ਸਕਦੇ ਰਹਾਓ। ਅਰਥਾਤ ਹੇ ਪਰਮੇਸ਼ਰ, ਤੁਸੀਂ ਸਾਡੇ ਨਾਲੋਂ ਪ੍ਰੀਤੀ ਤੋੜ ਕੇ ਆਪਣੇ ਹੋਰ ਅਨੇਕਾਂ ਪ੍ਰੇਮ ਵਾਲੇ ਸੰਤਾਂ ਭਗਤਾਂ ਨਾਲ ਲਗਾ ਸਕਦੇ ਹੋ, ਪਰ ਸਾਡੇ ਕੋਲ ਤੈਥੋਂ ਬਿਨਾਂ ਪ੍ਰੀਤੀ ਲਾਉਣ ਲਈ ਹੋਰ ਕੋਈ ਹੈ ਹੀ ਨਹੀਂ। ਇਸ ਲਈ ਪ੍ਰੀਤੀ ਤੋੜ ਕੇ ਤੁਹਾਡਾ ਸਰ ਸਕਦਾ, ਪਰ ਸਾਡਾ ਨਹੀਂ ਸਰ ਸਕਦਾ। ਜੋ ਤੁਮ ਦੀਵਰਾ ਤਉ ਹਮ ਬਾਤੀ, ਜੋ ਤੁਮ ਤੀਰਥ ਤਉ ਹਮ ਜਾਤੀ। ਹੇ ਮਹਾਰਾਜ, ਜੇ ਤੁਸੀਂ ਦੀਵਰਾ ਦੀਵਾ ਰੂਪ ਹੋਵੋ, ਤਾਂ ਹਮ ਅਸੀਂ ਬਾਤੀ ਬੱਤੀ ਬਣ ਕੇ ਆਪ ਜੀ ਦੇ ਵਿੱਚ ਪ੍ਰਕਾਸ਼ ਨੂੰ ਪਾਇਆ ਕਰਾਂਗੇ। ਜੇ ਤੁਸੀਂ ਗਿਆਨ ਰੂਪੀ ਦੀਵਾ ਹੋਵੋ, ਤਾਂ ਅਸੀਂ ਬ੍ਰਹਮਾਕਾਰ ਬਿਰਤੀ ਰੂਪ ਬੱਤੀ ਬਣਾਂਗੇ। ਜੇ ਤੁਸੀਂ ਤੀਰਥ ਰੂਪ ਹੋਵੋ, ਤਾਂ ਅਸੀਂ ਜਾਤੀ ਜਾਤਰੀ ਬਣ ਕੇ ਤੁਹਾਡੇ ਦਰਸ਼ਨ ਪਰਸਨ ਲਈ ਆਇਆ ਕਰਾਂਗੇ। ਜਦੋਂ ਤੁਸੀਂ ਤੀਰਥ ਰੂਪ ਸਤਿਗੁਰੂ ਆਪ ਹੋ, ਤਾਂ ਅਸੀਂ ਜਗਿਆਸੂ ਰੂਪ ਜਾਤਰੀ ਹੋਵਾਂਗੇ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਹੇ ਮਹਾਰਾਜ, ਅਸੀਂ ਤੁਹਾਡੇ ਨਾਲ ਸੱਚੀ ਪ੍ਰੀਤ
ਪ੍ਰੀਤੀ ਜੋੜੀ ਹੋਈ ਹੈ ਅਤੇ ਤੁਹਾਡੇ ਨਾਲ ਚਿੱਤ ਦੀ ਬਿਰਤੀ ਪ੍ਰੀਤੀ ਨੂੰ ਜੋੜ ਕੇ ਹੋਰਨਾਂ ਸੰਸਾਰਿਕ ਪਦਾਰਥਾਂ ਸੰਗ ਭਾਵ ਉਹਨਾਂ ਨਾਲੋਂ ਤੋੜ ਲਈ ਹੈ। ਜਹਿ ਜਹਿ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨ ਦੇਵਾ। ਹੇ ਮਹਾਰਾਜ ਪਾਤਸ਼ਾਹ ਜੀ, ਜਹਿ ਜਹਿ ਜਿੱਥੇ ਜਿੱਥੇ ਵੀ ਮੇਰੇ ਕਰਮਾਂ ਅਨੁਸਾਰ ਆਪ ਜੀ ਦੇ ਬਾਣੀ ਅਨੁਸਾਰ ਜਨਮਾਂ ਵਿੱਚ ਜਾਵਾਂ, ਉੱਥੇ ਹੀ ਤੁਹਾਡੀ ਪ੍ਰੇਮਾ ਭਗਤੀ ਰੂਪ ਸੇਵਾ ਟਹਿਲ ਕਰਦਾ ਰਹਾਂ। ਹੇ ਠਾਕੁਰ ਸਵਾਮੀ ਪਰਮੇਸ਼ਰ, ਤੁਹਾਡੇ ਸੋਕਗੀ ਵਰਗਾ ਹੋਰ ਕੋਈ ਵੀ ਦੇਵਾ ਪੂਜਣ ਯੋਗ ਪ੍ਰਕਾਸ਼ ਰੂਪ ਨਹੀਂ ਹੈ ਅਤੇ ਤੁਮਰੇ ਭਜਨ ਕਟ ਹੈ ਜਮ ਫਾਂਸਾ। ਭਗਤ ਹੇਤ ਗਾਵੈ ਰਵਿਦਾਸਾ। ਤੁਹਾਡੇ ਭਜਨ ਸਿਮਰਨ ਕਰਨੇ ਕਰਕੇ ਜਮਦੂਤਾਂ ਦਾ ਫਾਂਸਾ ਫੰਦਾ ਕੱਟਿਆ ਜਾਂਦਾ ਹੈ, ਭਾਵ ਮੁੜ ਕੇ ਜੰਮਣ ਮਰਨ ਵਿੱਚ ਨਹੀਂ ਆਈਦਾ। ਰਵਿਦਾਸਾ, ਭਗਤ ਰਵਿਦਾਸ ਜੀ ਕਥਨ ਕਰਦੇ ਆ ਕਿ ਹੇ ਮਹਾਰਾਜ, ਤੁਹਾਡੀ ਭਗਤੀ ਦੇ ਹੇਤ ਹਿੱਤ ਕਰਕੇ ਤੇਰੇ ਗੁਣਾਂ ਨੂੰ ਗਾਉਂਦਾ ਹਾਂ। ਸੋ ਅਗਲਾ ਜੋ ਭਗਤ ਜੀ ਦਾ ਸ਼ਬਦ ਆਰੰਭ ਹੋ ਰਿਹਾ ਹੈ, ਭਗਤ ਰਵਿਦਾਸ ਜੀ ਦੇ ਦੋ ਪ੍ਰੇਮੀ ਭਰਾ ਮਿਲਾਪੀ ਸਨ। ਉਹਨਾਂ ਦਾ ਪਿਤਾ ਸਵਰਗਵਾਸ ਹੋ ਗਿਆ। ਪਿਤਾ ਦੇ ਮ੍ਰਿਤੂ ਹੋਣ ਤੋਂ ਬਾਅਦ ਆਪਸ ਵਿੱਚ ਜ਼ਮੀਨ ਮਕਾਨ ਆਦਿ ਵੰਡਣ ਵਾਸਤੇ ਝਗੜਾ ਕਰਨ ਲੱਗੇ। ਅਖੀਰ ਜਦੋਂ ਕੋਈ ਫੈਸਲਾ ਨਾ ਹੋਇਆ ਤਾਂ ਰਵਿਦਾਸ ਭਗਤ ਜੀ ਦੇ ਕੋਲ ਫੈਸਲਾ ਕਰਾਉਣ ਆਏ ਤਾਂ ਰਵਿਦਾਸ ਜੀ ਨੇ ਕਿਹਾ, ਦੋਹਾਂ ਨੂੰ ਵਿਰਾਗਮਈ ਉਪਦੇਸ਼ ਦੁਆਰਾ ਸਮਝਾਉਣਾ ਕੀਤਾ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਹੇ ਭਾਈ, ਇਹ ਸੰਸਾਰਿਕ ਪਦਾਰਥ ਤਾਂ ਇਸ ਤਰ੍ਹਾਂ ਨਾਸ਼ਵੰਤ ਹਨ ਜਿਵੇਂ ਕੋਈ ਕਹੇ ਕਿ ਜਲ ਦੀ ਕੰਧ ਸਦਾ ਅਚਲ ਰਹੇਗੀ, ਜਾਂ ਕਹੇ ਕਿ ਹਵਾ ਦਾ ਵਾਵ ਰੋਲਾ ਥੰਬਾ ਕਾਇਮ ਰਹੇਗਾ। ਜਲ ਪਾਣੀ ਦੀ ਭੀਤ, ਕੰਧ ਭਾਵ ਸਮੁੰਦਰ ਦੀ ਲਹਿਰ ਕੰਧਵੱਤ ਬਣੀ ਪ੍ਰਤੀਤ ਹੁੰਦੀ ਹੈ, ਅਤੇ ਪਵਨ ਹਵਾ ਦਾ ਥੰਬਾ ਭਾਵ ਵਾਵ ਰੋਲਾ ਆਉਂਦਾ ਅਤੇ ਚਲਾ ਜਾਂਦਾ ਹੈ। ਇਹ ਸਥੂਲ ਸਰੀਰ ਮਾਨੋ ਪਾਣੀ ਦੀ ਕੰਧ ਦੀ ਨਿਆਈ ਹੈ। ਸਰੀਰ ਰੂਪੀ ਕੰਧ ਜਲ ਉਪਲ ਖੱਤ ਆਦਿ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਜਿਸ ਵਿੱਚ ਪਵਨ ਹਵਾ ਰੂਪ ਸਵਾਸਾਂ ਦਾ ਥੰਬਾ ਥੰਮਾ ਹੈ ਅਤੇ ਮਾਤਾ ਦੀ ਰਕਤ ਰੱਤ ਲਹੂ ਅਤੇ ਪਿਤਾ ਦੇ ਬੁੰਦ ਬੁੰਦ ਕਹੀਏ ਵਿੰਦ ਵੀਰਜ ਦਾ ਇਸ ਉੱਤੇ ਗਾਰਾ ਲੱਗਿਆ ਹੋਇਆ ਹੈ, ਭਾਵ ਪਿਤਾ ਦੀ ਧਾਤੂ ਦੇ ਹੱਡ ਬਣੇ ਹੋਏ ਹਨ ਅਤੇ ਮਾਤਾ ਦੀ ਰਕਤ ਦਾ ਉੱਪਰਲੀ ਚਮੜੀ ਨੂੰ ਪੋਚਾ ਲੱਗਿਆ ਹੋਇਆ। ਇਉਂ ਇਹ ਸਥੂਲ ਦੇਹੀ ਰਕਤ ਬਿੰਦ ਅਤੇ ਗਾਰੇ ਦੇ ਨਾਲ ਬਣੀ ਹੋਈ ਹੈ ਅਤੇ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਹੱਡ ਮਾਸ ਨਾੜੀ ਕਹੀਏ ਰਗਾਂ ਨਾੜੀਆਂ ਦਾ ਸਰੀਰ ਰੂਪੀ ਪਿੰਜਰਾ ਢਾਂਚਾ ਬਣਿਆ ਹੋਇਆ ਹੈ, ਜਿਸ ਵਿੱਚ ਵਿਚਾਰਾ ਨਿਮਾਣਾ ਜੀਵ ਆਤਮਾ ਰੂਪੀ ਪੰਛੀ ਵਸ ਰਿਹਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ ਰਹਾਉ। ਹੇ ਪ੍ਰਾਣੀ ਪ੍ਰਾਣਾਧਾਰੀ ਜੀਵ, ਇਸ ਸੰਸਾਰ ਵਿੱਚ ਹੰਕਾਰ ਕਰਕੇ ਕੀ ਮੇਰਾ ਪਦਾਰਥ ਕੀ ਤੇਰਾ ਕਰ ਰਿਹਾ ਹੈ, ਭਾਵ ਸੰਸਾਰਿਕ ਪਦਾਰਥਾਂ ਦੀ ਮੇਰ ਤੇਰ ਛੱਡ ਦੇ, ਕਿਉਂਕਿ ਸੰਸਾਰ ਤਾਂ ਬ੍ਰਿਸ਼ ਦੀ ਨਿਆਈ ਹੈ। ਜਿਵੇਂ ਪੰਛੀ ਦਾ ਤਰਵਰ ਬ੍ਰਿਸ਼ ਦੇ ਉੱਤੇ ਰਾਤ ਨੂੰ ਬਸੇਰਾ ਵਾਸਾ ਹੁੰਦਾ ਅਤੇ ਸੂਰਜ ਚੜ੍ਹੇ ਤੋਂ ਉੱਡ ਜਾਂਦੇ ਆ, ਇਸੇ ਪ੍ਰਕਾਰ ਜੀਵ ਆਤਮਾ ਰੂਪੀ ਪੰਛੀ ਸਰੀਰ ਰੂਪੀ ਬ੍ਰਿਸ਼ ਪਰ ਨਿਵਾਸ ਕਰ ਰਿਹਾ ਹੈ ਅਤੇ ਕਾਲ ਰੂਪੀ ਸੂਰਜ ਚੜ੍ਹਨੇ ਕਰਕੇ ਅਵਸਥਾ ਰੂਪੀ ਰਾਤ ਨਿਵਿਰਤ ਹੋਏ ਤੋਂ ਸਰੀਰ ਰੂਪੀ ਬ੍ਰਿਸ਼ ਤੋਂ
ਉੱਡ ਜਾਣਾ ਹੈ ਰਹਾਉ, ਵਿਸਰਾਮ ਦੇ ਕੇ ਭਗਤ ਜੀ ਕਿਰਪਾ ਕਰ ਰਹੇ ਆ। ਰੱਖੋ ਕੰਧ ਉਸਾਰੋ ਨੀਵਾ, ਸਾਡੇ ਤੀਨ ਹੱਥ ਤੇਰੀ ਸੀਵਾ। ਹੇ ਭਾਈ, ਇਸ ਸਰੀਰ ਦੇ ਰਹਿਣ ਲਈ ਬੜੀਆਂ ਡੂੰਘੀਆਂ ਡੂੰਘੀਆਂ ਨੀਹਾਂ ਰੱਖ ਕੇ ਕੰਧਾਂ ਨੂੰ ਉਸਾਰਦੇ ਹੋ, ਭਾਵ ਵੱਡੇ ਵੱਡੇ ਉੱਚੀਆਂ ਕੰਧਾਂ ਵਾਲੇ ਮਕਾਨ ਉਸਾਰਦੇ ਹੋ, ਪਰੰਤੂ ਅਖੀਰ ਮ੍ਰਿਤੂ ਵੇਲੇ ਦੇਹ ਵਾਸਤੇ ਤਾਂ ਕੇਵਲ ਆਪੋ ਆਪਣੇ ਸਾਢੇ ਤਿੰਨ ਹੱਥ ਦੀ ਸੀਵਾਂ ਹੱਦ ਹੈ, ਭਾਵ ਸਾਢੇ ਤਿੰਨ ਹੱਥ ਸਿਵਿਆਂ ਵਿੱਚ ਥਾਂ ਜਾਂ ਕਬਰ ਕੰਮ ਆਉਣੀ ਹੈ। ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏ ਗੋ ਭਸਮ ਕੀ ਢੇਰੀ। ਬਾਲ ਇਸਤਰੀਆਂ, ਬੰਕੇ ਸੋਹਣੇ ਵਾਲ ਕੇਸ ਬਣਾ ਬਣਾ ਕੇ ਇਸਤਰੀਆਂ ਅਨੇਕਾਂ ਸ਼ਿੰਗਾਰ ਬਣਾਉਂਦੀਆਂ ਕਰਦੀਆਂ ਹਨ, ਅਤੇ ਪੁਰਖ ਸਿਰ ਉੱਤੇ ਡੇਰੀ ਕਹੀਏ ਟੇਢੀਆਂ ਪਾਗ ਪੱਗਾਂ ਬੰਨ੍ਹਦੇ ਆ। ਜਿਸ ਦੇਹ ਵਾਸਤੇ ਨੌਜਵਾਨ ਬੰਕੇ ਸੋਹਣੇ ਵਾਲ ਕੇਸ ਸਵਾਰ ਸਵਾਰ ਕੇ ਸਿਰ 'ਤੇ ਟੇਢੀਆਂ ਪੱਗਾਂ ਬੰਨ੍ਹਦੇ ਆ, ਪਰੰਤੂ ਅਖੀਰ ਨੂੰ ਇਹ ਤਨ ਸਰੀਰ ਭਸਮ ਸਵਾਹ ਦੀ ਢੇਰੀ ਹੋ ਜਾਵੇਗਾ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਹੇ ਭਾਈ, ਉੱਚਿਆਂ ਮੰਦਰ ਮਹਿਲ ਅਤੇ ਸੁੰਦਰ ਸੋਹਣੀਆਂ ਨਾਰੀ ਇਸਤਰੀਆਂ ਦੇ ਮੋਹ ਵਿੱਚ ਲੱਗ ਕੇ ਤੁਸੀਂ ਰਾਮ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਅਮੋਲਕ ਮਨੁੱਖਾ ਜਨਮ ਦੀ ਬਾਜੀ ਵਿਸ਼ਿਆਂ ਵਿੱਚ ਹੀ ਹਾਰ ਦਿੱਤੀ ਹੈ। ਇਹ ਬਾਜੀ ਕਿਵੇਂ ਜਿੱਤੀ ਜਾਵੇਗੀ? ਇਸ ਦੀ ਬਾਬਤ ਭਗਤ ਰਵਿਦਾਸ ਜੀ ਨਿਮਰਤਾ ਦੇ ਬਚਨ ਉਚਾਰਦੇ ਕਰਦੇ ਆ। ਮੇਰੀ ਜਾਤ ਕਮੀਨੀ, ਪਾਂਤ ਕਮੀਨੀ, ਓਛਾ ਜਨਮ ਹਮਾਰਾ। ਹੇ ਪਰਮੇਸ਼ਰ, ਮੇਰੀ ਜਾਤੀ ਵੀ ਕਮੀਨੀ ਤੁਛ ਨੀਵੀਂ ਹੈ, ਪਾਂਤ ਕਹੀਏ ਪੰਗਤੀ ਸ਼੍ਰੇਣੀ ਵੀ ਬਹੁਤ ਨੀਵੀਂ ਭਾਵ ਛੋਟੀ ਹੈ, ਅਤੇ ਹਮਾਰਾ ਸਾਡਾ ਜਨਮ ਵੀ ਓਛਾ ਕਹੀਏ ਹੋਸ਼ੇ ਕਰਦਾ ਹੈ। ਓਛਾ ਜਨਮ ਮਾੜੇ ਲਗਨ ਦਾ ਜਨਮ ਹੈ। ਮੈਂ ਮੇਰੀ ਆਪਣੀ ਦੇਹ ਦੇ ਜਾਤੀ ਅਭਿਮਾਨ ਨੂੰ ਕਮੀਨੀ ਤੁਛ ਸਮਝ ਲਿਆ, ਆਸਰੀ ਸੰਪਦਾ ਰੂਪੀ ਪਾਂਤ ਪੰਗਤੀ ਨੂੰ ਕਮੀਨੀ ਤੁਛ ਸਮਝ ਲਿਆ ਹੈ, ਅਤੇ ਜੰਮਣ ਮਰਨ ਨੂੰ ਵੀ ਤੁਛ ਸਮਝ ਲਿਆ ਹੈ। ਤੁਮ ਸਰਨਾਗਤ ਰਾਜਾ ਰਾਮ ਚੰਦ, ਕਹਿ ਰਵਿਦਾਸ ਜਮਾਰਾ। ਭਗਤ ਰਵਿਦਾਸ ਜੀ ਕਥਨ ਕਰਦੇ ਆ ਕਿ ਉਪਰੋਕਤ 'ਤੇ ਸਭ ਕੁਝ ਛੱਡ ਕੇ ਹੇ ਚੰਦ, ਚੰਦਰਮਾ ਦੀ ਨਿਆਈ ਸ਼ਾਂਤੀ ਦੇਣ ਵਾਲੇ ਰਾਜਾ ਪ੍ਰਕਾਸ਼ ਸਰੂਪ ਪਰਮੇਸ਼ਰ, ਮੈਂ ਤੁਹਾਡੀ ਸਰਨਾਗਤ ਸਰਨ ਆਗਤ ਆਇਆ ਹਾਂ, ਤੁਹਾਡੀ ਓਟ ਸ਼ਰਨ ਵਿੱਚ ਆਇਆ ਹਾਂ, ਪਰ ਲੋਕ ਮੈਨੂੰ ਚਮਾਰਾ ਚਮਿਆਰਾ ਆਖਦੇ ਆ। ਭਗਤ ਰਵਿਦਾਸ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਮੈਂ ਚਮਾਰਾ ਚੰਮ ਆਦਿ ਦਾ ਆਰਾ ਵੈਰੀ, ਦੇਹ ਅਭਿਮਾਨ ਰੂਪੀ ਚੰਮ ਦਾ ਵੈਰੀ ਹਾਂ, ਭਾਵ ਦੇਹ ਅਭਿਮਾਨ ਨੂੰ ਨਾਸ਼ ਕਰਨ ਵਾਲਾ ਹਾਂ। ਸੋ ਇੱਕ ਵਾਰੀ ਭਗਵਾਨ ਜੀ ਨੇ ਰਵਿਦਾਸ ਜੀ ਦੇ ਘਰ ਗਰੀਬੀ ਦੀ ਹਾਲਤ ਵੇਖੀ ਕਿ ਰਵਿਦਾਸ ਜੀ ਸਾਰਾ ਦਿਨ ਲੋਕਾਂ ਦੀਆਂ ਜੁੱਤੀਆਂ ਬਿਨਾਂ ਮਜ਼ਦੂਰੀ ਤੋਂ ਗੰਢ ਰਹੇ ਆ। ਪਰਮੇਸ਼ਰ ਦੇ ਦਿਲ ਵਿੱਚ ਵਿਚਾਰ ਫੁਰੀ ਕਿ ਮੇਰੀ ਭਗਤੀ ਕਰਨ ਵਾਲਾ ਮੇਰਾ ਅਤਿਅੰਤ ਪਿਆਰਾ ਭਗਤ ਹੋਵੇ ਅਤੇ ਲੋਕਾਂ ਦੀਆਂ ਜੁੱਤੀਆਂ ਗੰਢਦਾ ਫਿਰੇ, ਇਹ ਸਹੀ ਨਹੀਂ ਹੈ। ਉਸ ਵੇਲੇ ਪਰਮੇਸ਼ਰ ਨੇ ਸਾਧੂ ਲਿਬਾਸ ਵਿੱਚ ਸਰਗੁਣ ਸਰੂਪ ਧਾਰਿਆ ਅਤੇ ਰਵਿਦਾਸ ਜੀ ਦੇ ਕੋਲ ਆਏ। ਆ ਕਰਕੇ ਕਹਿਣ ਲੱਗੇ, ਰਵਿਦਾਸ ਤੂੰ ਜੁੱਤੇ ਗੰਢਣ ਦੀ ਕਾਰ ਕਰਦਾ ਹੈ, ਉਹ ਵੀ ਬਿਨਾਂ ਮਜ਼ਦੂਰੀ ਲਏ। ਜੇ ਤੈਨੂੰ ਅਸੀਂ ਪਾਰਸ ਦੀ ਬੱਟੀ ਦੇ ਦੇਈਏ ਤਾਂ ਫਿਰ ਤੇਰੀ ਇਹ ਕਾਰ ਛੁੱਟ ਜਾਵੇਗੀ ਅਤੇ ਤੇਰੇ ਕੋਲ ਬੇਅੰਤ ਧਨ ਹੋ ਜਾਵੇਗਾ। ਰਵਿਦਾਸ ਜੀ ਕਹਿਣ ਲੱਗੇ ਕਿ ਇਸ ਵਿੱਚ ਕੀ ਸਿਫਤ ਹੈ? ਪਰਮੇਸ਼ਰ ਜੀ ਕਹਿਣ ਲੱਗੇ, ਆਪਣੀ ਰੰਬੀ 'ਤੇ ਆਰ ਫੜਾ, ਤੈਨੂੰ ਦਿਖਾ ਦਿੰਦੇ ਹਾਂ।
ਜਦੋਂ ਰੰਬੀ ਤੇ ਆਰ ਫੜਾਈ ਤਾਂ ਉਹ ਪਾਰਸ ਦੀ ਵੱਟੀ ਲਾ ਕੇ ਦੋਵੇਂ ਸੋਨੇ ਦੀਆਂ ਬਣਾ ਦਿੱਤੀਆਂ ਅਤੇ ਕਿਹਾ ਅਸੀਂ ਇੱਕ ਮਹੀਨੇ ਬਾਅਦ ਆਵਾਂਗੇ, ਜਿਤਨਾ ਸੋਨਾ ਬਣਾਉਣਾ ਹੋਵੇ ਬਣਾ ਲਈ। ਤਾਂ ਭਗਤ ਜੀ ਕਹਿਣ ਲੱਗੇ ਕਿ ਮਹਾਤਮਾ ਜੀ ਉੱਥੇ ਆਲੇ ਵਿੱਚ ਰੱਖ ਦਿਓ। ਪਰਮੇਸ਼ਰ ਪਾਰਸ ਦੀ ਵੱਟੀ ਦੇ ਕੇ ਚਲੇ ਗਏ ਅਤੇ ਰਵਿਦਾਸ ਜੀ ਨੇ ਜੁੱਤੀਆਂ ਗੰਢਣ ਦਾ ਕੰਮ ਕਾਰ ਛੱਡ ਦਿੱਤਾ। ਤਾਂ ਲੋਕ ਭਗਤ ਜੀ ਦੇ ਕੋਲ ਜੁੱਤੀਆਂ ਗਢਾਉਣ ਵਾਸਤੇ ਆਉਂਦੇ ਹਨ ਤਾਂ ਅੱਗੋਂ ਰਵਿਦਾਸ ਜੀ ਕਹਿੰਦੇ ਹਨ, ਚਮਰਟਾ ਗਾਂਠ ਨਾ ਜਨਈ, ਲੋਕ ਗਠਾਵੈ ਪਨਹੀ ਰਹਾਉ। ਹੇ ਭਾਈ, ਮੈਂ ਚਮਰਟਾ ਚਮਿਆਰ ਦਾ ਪੁੱਤਰ ਜੁੱਤੀਆਂ ਗੰਢਣਾ ਨਹੀਂ ਜਾਣਦਾ, ਪਰ ਲੋਕ ਮੈਥੋਂ ਪਨਹੀ ਜੁੱਤੀਆਂ ਗੰਢਾਉਣੀਆਂ ਚਾਹੁੰਦੇ ਆ। ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਰਹੇ ਆ। ਆਰ ਨਹੀਂ ਜੇ ਰੋਪੋ, ਆਰ ਨਹੀਂ ਜੇ ਤੋਪੋ, ਨਹੀਂ ਰਾਮੀ ਠਾਉ ਰੂਪੋ। ਇਸ ਵਕਤ ਮੇਰੇ ਕੋਲ ਆਰ ਸੂਆ ਨਹੀਂ ਜਿਸ ਨਾਲ ਗਲੀ ਸੁਰਾਖ ਕੱਢ ਕੇ ਤੋਪਾ ਲਾ ਸਕਾਂ, ਨਾ ਹੀ ਮੇਰੇ ਕੋਲ ਰਾਮੀ ਰੰਬੀ ਹੈ ਜਿਸ ਨਾਲ ਹੋਰ ਚਮੜਾ ਛਿੱਲ ਕੇ ਜੁੱਤੀ ਦੇ ਫਟੇ ਥਾਂ 'ਤੇ ਬਰਾਬਰ ਦੀ ਟਾਕੀ ਕੱਟ ਕੇ ਰੂਪੋ ਲਗਾਉਣਾ ਕਰਾਂ, ਭਾਵ ਛੇਦ ਬੰਦ ਕਰਨੇ ਕਰਾਂ। ਕਿਉਂਕਿ ਪਰਮੇਸ਼ੁਰ ਨੇ ਮੇਰੀ ਆਰ ਅਤੇ ਰੰਬੀ ਸੋਨੇ ਦੀ ਬਣਾ ਦਿੱਤੀ ਜਿਸ ਨਾਲ ਮੈਂ ਹੁਣ ਕੰਮ ਨਹੀਂ ਕਰ ਸਕਦਾ। ਲੋਕ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗਾਂਠੇ ਜਾਏ ਪਹੂਚਾ। ਸੰਸਾਰ ਦੇ ਲੋਕ ਧਨ ਦੀ ਪ੍ਰਾਪਤੀ ਵਾਸਤੇ ਜੁੱਤੀਆਂ ਗੰਢ ਗੰਢ ਕੇ ਖਰਾ ਬਹੁਤ ਬਿਗੂਚਾ ਖਰਾਬ ਹੋਏ ਆ, ਪਰੰਤੂ ਮੈਂ ਬਿਨ ਬਗੈਰ ਜੁੱਤੀਆਂ ਦੇ ਗੰਢੇ ਹੀ ਉਸ ਧਨ ਨੂੰ ਜਾ ਪਹੁੰਚਿਆ ਹਾਂ। ਲੋਕ ਜੁੱਤੀਆਂ ਗੰਢਾ ਗੰਢਾ ਕੇ ਬੜੇ ਖਰਾਬ ਹੋਏ, ਪਰ ਹਉ ਮੈਂ ਤਾਂ ਬਿਨਾਂ ਗੰਢਣ ਵਾਲੇ ਥਾਂ ਜਾ ਪਹੁੰਚਿਆ ਹਾਂ ਜਿੱਥੇ ਜੁੱਤੀਆਂ ਗੰਢਣ ਦੀ ਲੋੜ ਹੀ ਨਹੀਂ। ਰਵਿਦਾਸ ਜਪੈ ਰਾਮ ਨਾਮਾ, ਮੋਹ ਜਮਸਿਓ ਨਾਹੀ ਕਾਮਾ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਮੈਂ ਤਾਂ ਰਾਮ ਰਮੇ ਹੋਏ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਦਾ ਹਾਂ, ਇਸ ਲਈ ਮੇਰਾ ਹੁਣ ਜਮਦੂਤਾਂ ਨਾਲ ਕੋਈ ਵੀ ਕੰਮ ਨਹੀਂ ਰਿਹਾ। ਸੋ ਰਵਿਦਾਸ ਪਦ ਦੇ ਅਰਥ ਕੁਝ ਵਿਦਵਾਨਾਂ ਨੇ ਇਉਂ ਵੀ ਕੀਤੇ ਹਨ, ਰਵਿਦਾਸ ਰਵਦਾਸ ਬਾਣੀ ਰਵ ਉਚਾਰਨ ਵਾਲਾ, ਦਾਸ ਸੇਵਕ ਜਿਸਦੇ ਰਵ ਸੂਰਜ ਆਦਿਕ ਦੀ ਦਾਸ ਸੇਵਕ ਹੋਣ, ਐਸਾ ਪਰਮੇਸ਼ਰ ਦਾ ਸੇਵਕ ਰਵਿਦਾਸ ਜੀ ਜੋ ਰਵ ਸੂਰਜ ਵਰਗੇ ਪ੍ਰਕਾਸ਼ ਵਾਲਾ ਹੋਵੇ ਤਾਂ ਫਿਰ ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ ਸੇਵਕ ਕਹਾਵੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।